ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਦੇ YouTube ਚੈਨਲ ਅੰਬੈਕਰ ਪੌਣ ਦੇ ਵਿੱਚ ਦੋਸਤੋ ਇਤਿਹਾਸ ਵਿਸ਼ੇ ਨਾਲ ਸੰਬੰਧਤ ਪ੍ਰਸ਼ਨ ਉੱਤਰ ਲੈ ਕੇ ਆਪਾਂ ਲਗਾਤਾਰ ਤੁਹਾਡੇ ਸਾਹਮਣੇ ਪੇਸ਼ ਹੋ ਰਹੇ ਹਾਂ ਆਪਾਂ ਨੇ ਇਤਿਹਾਸ ਵਿਸ਼ੇ ਨਾਲ ਸੰਬੰਧਤ ਵੀਡੀਓਜ਼ ਔਰ ਪ੍ਰਸ਼ਨ ਉੱਤਰ ਦੀ ਵੀਡੀਓਜ਼ ਲਗਾਤਾਰ ਅਪਲੋਡ ਕੀਤੀਆਂ ਹੋਈਆਂ ਨੇ ਜਿਨ੍ਹਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਨਵੇਂ ਆਪਰੇਸ਼ਨ ਲੈ ਕੇ ਤੁਹਾਡੇ ਸਾਹਮਣੇ ਹਾਜ਼ਰਾਂ ਤਾਂ ਬਹੁਤਾ ਟਾਈਮ ਨਾ ਲੈਂਦੇ ਹੋਏ ਸ਼ੁਰੂ ਕਰਦੇ ਆਪਾਂ ਆਪਣੀ ਅੱਜ ਦੀ ਇਹ ਵੀਡੀਓ ਆਪਣਾ ਪਹਿਲਾ ਪ੍ਰਸ਼ਨ ਹੈ ਆਪਣੇ ਕੋਲੇ ਪੁਸ਼ਪੂਤੀ ਯਾ ਫਿਰ ਵਰਦਨ ਵੰਸ਼ ਦਾ ਸੰਸਥਾਪਕ ਕੌਣ ਸੀ ਉਹ ਸ਼ਿਭੂਤੀ ਯਾ ਫਿਰ ਵਰਦਨ ਵੰਸ਼ ਦਾ ਸੰਸਥਾਪਕ ਕੌਣ ਸੀ ਤਾਂ ਇਹ ਸੀ ਪੁਸ਼ਪੂਤੀ ਪੁਸ਼ਪੂਤੀ ਨੇ ਉਹ ਸ਼ਿਭੂਤੀ ਵੰਸ਼ ਦੀ ਸਥਾਪਨਾ ਕੀਤੀ ਸੀ ਜਿਸ ਨੂੰ ਕਿ ਵਰਧਨ ਵੰਸ਼ ਵੀ ਕਿਹਾ ਜਾਂਦਾ ਹੈ ਨੈਕਸਟ ਪੇਜਨ ਦੇਖੋ ਵਰਧਨ ਵੰਸ਼ ਦੀ ਰਾਜਧਾਨੀ ਦਾ ਕੀ ਨਾਮ ਸੀ ਉਹ ਸ਼ਿਭੂਤੀ ਵੰਸ਼ ਜਿਹਦੀ ਸਥਾਪਨਾ ਸ਼ਿਭੂਤੀ ਨੇ ਕੀਤੀ ਸੀ ਉਸ ਵੰਸ਼ ਦੀ ਜਿਹੜੀ ਰਾਜਧਾਨੀ ਸੀ ਉਹ ਕਿਹੜੀ ਸੀ ਤਾਂ ਇਹ ਸੀ ਥਾਨੇਸਰ ਅੱਗੇ ਦੇਖੋ ਆਰੰਭਿਕ ਵਰਧਨ ਵੰਸ਼ ਦੇ ਸ਼ਾਸਕ ਕਿਸ ਦੇ ਸਾਮੰਤ ਸਨ ਪਹਿਲਾ ਵੰਸ਼ਪ ਉਤਿ ਵੰਛ ਦੇ ਜਿਹੜੇ ਸੰਸਤਾਪਕ ਸੀ ਉਹ ਪਹਿਲਾ ਰਾਜੇ ਨਹੀਂ ਸੀ ਉਹ ਕਿਸੇ ਵੰਸ਼ ਦੇ ਸਾਧਮਤ ਸੀ ਤਾਂ ਇੱਥੇ ਦੱਸਣਾ ਵੀ ਉਹ ਕਿਹੜੇ ਵੰਸ਼ ਦੇ ਸਾਧਮਤ ਸਨ ਤਾਂ ਇਸ ਦਾ ਸਹੀ ਉੱਤਰ ਹੋਊਗਾ ਗੁਪਤਾ ਦੇ ਇਹ ਗੁਪਤ ਵੰਸ਼ ਦੇ ਸਾਧਮਤ ਸਨ ਨੈਕਸਟ ਕੁਸ਼ਨ ਦੇਖੋ ਹਰਸ਼ਵਰਧਨ ਕਦੋਂ ਰਾਜ ਗੱਦੀ ਉੱਪਰ ਬੈਠਿਆ ਹਰਸ਼ਵਰਧਨ 606 ਈਸਵੀ ਦੇ ਵਿੱਚ ਰਾਜ ਗੱਦੀ ਉੱਤੇ ਬੈਠਿਆ ਸੀ ਨੈਕਸਟ ਪ੍ਰਸ਼ਨ ਦੇਖੋ ਹਰਸ਼ਵਰਧਨ ਦੇ ਪਿਤਾ ਦਾ ਨਾਮ ਕੀ ਸੀ ਹਰਸ਼ਵਰਧਨ ਦੇ ਪਿਤਾ ਦਾ ਕੀ ਨਾਮ ਸੀ ਹਰਸ਼ਵਰਧਨ ਦੇ ਪਿਤਾ ਦਾ ਨਾਮ ਪ੍ਰਭাকর ਵਰਧਨ ਸੀ ਪ੍ਰਭাকর ਵਰਧਨ ਨੈਕਸਟ ਦੇਖੋ ਹਰਸ਼ਵਰਧਨ ਦੀ ਮਾਤਾ ਦਾ ਕੀ ਨਾਮ ਸੀ ਹਰਸ਼ ਦੀ ਮਾਤਾ ਦਾ ਨਾਮ ਯਸ਼ੋਮਤੀ ਸੀ ਯਸ਼ੋਮਤੀ ਨੈਕਸਟ ਪ੍ਰਸ਼ਨ ਦੇਖੋ ਹਰਸ਼ਵਰਧਨ ਨੇ ਕਿਹੜੀਆਂ ਉਪਾਦੀਆਂ ਧਾਰਨ ਕੀਤੀਆਂ ਹਰਸ਼ਵਰਧਨ ਨੇ ਜਿਹੜੀਆਂ ਉਪਾਦੀਆਂ ਧਾਰਨ ਕੀਤੀਆਂ ਉਹ ਕਿਹੜੀਆਂ-ਕੜੀਆਂ ਸਨ? ਪਰਮਪਟਾਰਕ ਔਰ ਮਹਾਰਾਜਾ ਦਿਰਾਜ। ਇਹ ਦੋ ਉਪਾਦੀਆਂ ਧਾਰਨ ਕੀਤੀਆਂ ਉਹਨਾਂ ਨੇ ਪਰਮਪਟਾਰਕ ਔਰ ਮਹਾਰਾਜਾ ਦਿਰਾਜ। ਨੈਕਸਟ ਪ੍ਰਸ਼ਨ ਦੇਖੋ ਹਰਸ਼ਵਰਧਨ ਦੀ ਭੈਣ ਦਾ ਕੀ ਨਾਮ ਸੀ? ਹਰਸ਼ਵਰਧਨ ਦੀ ਭੈਣ ਦਾ ਨਾਮ ਰਾਜਸ਼੍ਰੀ ਸੀ। ਰਾਜਸ਼੍ਰੀ ਹਰਸ਼ਵਰਧਨ ਦੀ ਭੈਣ ਸੀ। ਰਾਜਸ਼੍ਰੀ ਦਾ ਵਿਆਹ ਕਿਸ ਨਾਲ ਹੋਇਆ ਸੀ ਰਾਜਸ਼੍ਰੀ ਦਾ ਵਿਆਹ ਮੋਖਰੀ ਰਾਜਾ ਗ੍ਰਹਿ ਵਰਮਣ ਨਾਲ ਹੋਇਆ ਸੀ ਗ੍ਰਹਿ ਵਰਮਣ ਨਾਲ ਹੋਇਆ ਸੀ ਰਾਜਸ਼੍ਰੀ ਦਾ ਵਿਆਹ ਨੈਕਸਟ ਦੇਖੋ ਰਾਜਵਰਦਨ ਦੀ ਹੱਤਿਆ ਕਿਸ ਨੇ ਕੀਤੀ ਸੀ ਗੋੜ ਰਾਜਾ ਸ਼ਿਸ਼ਾਂਕ ਨੇ ਰਾਜਵਰਦਨ ਦੀ ਹੱਤਿਆ ਕੀਤੀ ਸੀ ਸ਼ਿਸ਼ਾਂਕ ਨੈਕਸਟ ਪ੍ਰਸ਼ਨ ਦੇਖੋ ਸ਼ਿਸ਼ਾਂਕ ਕਿਸ ਧਰਮ ਦਾ ਅਨੁਆਈ ਸੀ ਸ਼ਿਸ਼ਾਂਕ ਸੀ ਜੋ ਇਹ ਸ਼ੈਵ ਧਰਮ ਦਾ ਅਨੁਆਈ ਸੀ ਸ਼ੈਵ ਮਤ ਦਾ ਅਨੁਆਈ ਸੀ ਇਹ ਨੈਕਸਟ ਪ੍ਰਸ਼ਨ ਦੇਖੋ ਹਰਸ਼ਵਰਧਨ ਨੂੰ ਸ਼ਿਲਾ ਦਿੱਤੇ ਉਪਨਾਮ ਕਿਸ ਨੇ ਦਿੱਤਾ ਹਰਸ਼ਵਰਧਨ ਨੂੰ ਸ਼ਿਲਾ ਦਿੱਤੇ ਵੀ ਕਿਹਾ ਜਾਂਦਾ ਸੀ ਠੀਕ ਹੈ ਜੀ ਤਾਂ ਸ਼ਿਲਾ ਦਿੱਤੇ ਜਿਹੜਾ ਨਾਮ ਸੀ ਇਹ ਕਿਸ ਨੇ ਦਿੱਤਾ ਇਹ ਨਾਮ ਦਿੱਤਾ ਜੀ ਉਸ ਨੂੰ ਹਿਉਨ ਸਾਗ ਨੇ र्योनसांग ਕਿਸ ਦੇ ਸਮੇਂ ਭਾਰਤ ਆਇਆ ਸੀ ਰਯोनसांग ਹਰਸ਼ਵਰਧਨ ਦੇ ਸਮੇਂ ਭਾਰਤ ਆਇਆ ਨੈਕਸਟ ਕੁਸ਼ਨ ਦੇਖੋ ਹਰਸ਼ਵਰਧਨ ਨੇ ਕਿਸ ਨੂੰ ਹਰਾ ਕੇ ਕਨੌਜ ਨੂੰ ਆਪਣੀ ਰਾਜਧਾਨੀ ਬਣਾਇਆ ਸੀ ਹਰਸ਼ਵਰਧਨ ਨੇ ਕਿਸ ਨੂੰ ਹਰਾ ਕੇ ਕਨੌਜ ਨੂੰ ਆਪਣੀ ਰਾਜਧਾਨੀ ਬਣਾਇਆ ਸੀ ਤਾਂ ਉਸ ਨੇ ਸ਼ਿਸ਼ਾਂਕ ਨੂੰ ਹਰਾਇਆ ਸੀ ਸ਼ਿਸ਼ਾਂਕ ਕੌਣ ਸੀ ਠੀਕ ਹੈ ਇਸਦੇ ਬਾਰੇ ਆਪਾਂ ਇਹ ਪਿੱਛੇ ਹੁਣੀ ਪੜਿਆ ਕਿ ਸਿਸ਼ਾਂਕ ਕੌਣ ਸੀ ਨੈਕਸਟ ਦੇਖੋ ਹਰਸ਼ਵਰਧਨ ਨੂੰ ਕਿਸ ਨੇ ਹਰਾਇਆ ਸੀ ਹਰਸ਼ਵਰਧਨ ਨੂੰ ਬੁਲਕੇਸ਼ਨ ਦੂਜੇ ਨੇ ਹਰਾਇਆ ਸੀ ਬੁਲਕੇਸ਼ਨ ਦੂਸਰੇ ਨੇ ਹਰਸ਼ਵਰਧਨ ਨੂੰ ਹਰਾਇਆ ਸੀ ਨੈਕਸਟ ਪ੍ਰਸ਼ਨ ਦੇਖੋ ਹਿਉਨ ਸਾਗ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਹਿਉਨ ਸਾਗ ਨੂੰ ਹੋਰ ਕਿੰਨਾ ਨਾਵਾਂ ਨਾਲ ਜਾਣਿਆ ਜਾਂਦਾ ਹੈ ਤਾਂ ਹਿਉਨ ਸਾਹ ਨੂੰ ਯਾਤਰੀਆਂ ਦਾ ਰਾਜਕੁਮਾਰ ਕਿਹਾ ਜਾਂਦਾ ਹੈ ਠੀਕ ਹੈ ਜੀ ਯਾਤਰੀਆਂ ਦਾ ਰਾਜਕੁਮਾਰ ਜਾਂ ਫਿਰ ਆਧੁਨਿਕ ਸਾਤਕੇਮਣੀ ਵੀ ਕਿਹਾ ਜਾਂਦਾ ਹੈ ਹਰਸ਼ਵਰਧਨ ਦੁਆਰਾ ਲਿਖਿਤ ਰਚਨਾਵਾਂ ਦਾ ਕੀ ਨਾਮ ਹੈ ਹਰਸ਼ਵਰਧਨ ਨੇ ਆਪਣੇ ਜੀਵਨ ਕਾਲ ਦੇ ਵਿੱਚ ਤਿੰਨ ਰਚਨਾਵਾਂ ਲਿਖੀਆਂ ਠੀਕ ਹੈ ਜੀ ਤਾਂ ਉਹ ਤਿੰਨ ਰਚਨਾਵਾਂ ਦੇ ਨਾਮ ਕੀ ਗਏ ਨੇ ਨੰਬਰ 1 ਤੇ ਪ੍ਰੀਯਦਰਸ਼ਿਕਾ ਨੰਬਰ 2 ਰਤਨਾਵਲੀ ਨੰਬਰ 3 नागपट नागਨੰਦ ਠੀਕ ਹੈ ਜੀ ਪ੍ਰੀਯਦਰਸ਼ਿਕਾ ਰਤਨਾਵਲੀ ਅਤੇ नागਨੰਦ ਨੈਕਸਟ ਕੁਐਸਚਨ ਦੇਖੋ ਹਰਸ਼ਵਰਧਨ ਦਾ ਦਰਬਾਰੀ ਕਵੀ ਕੌਣ ਸੀ ਬਾਣਪੱਟ ਹਰਸ਼ਵਰਧਨ ਦਾ ਦਰਬਾਰੀ ਕਵੀ ਸੀ ਬਾਣਪੱਟ ਨੈਕਸਟ ਕੁਐਸਚਨ ਦੇਖੋ ਕਿ ਹਰਸ਼ਵਰਧਨ ਦਾ ਇਹ ਦਰਬਾਰੀ ਕਵੀ ਸੀ ਬਾਣ ਭਟ ਤਾਂ ਉਸ ਦੀਆਂ ਰਚਨਾਵਾਂ ਦਾ ਕੀ ਨਾਮ ਸੀ ਬਾਣ ਭਟ ਦੀਆਂ ਰਚਨਾਵਾਂ ਦਾ ਕੀ ਨਾਮ ਸੀ ਹਰਸ਼ ਚరిత్ర ਤੇ ਕਾਦੰਬਰੀ ਇਹ ਬਾਣ ਭਟ ਦੀਆਂ ਰਚਨਾਵਾਂ ਦੇ ਨਾਮ ਨੇ ਹਰਸ਼ ਚరిత్ర ਤੇ ਕਾਦੰਬਰੀ ਅਗਲਾ ਪ੍ਰਸ਼ਨ ਦੇਖੋ ਹਰਸ਼ਵਰਧਨ ਦੁਆਰਾ ਹਰ 5ਵੇਂ ਸਾਲ ਵਿੱਚ ਪ੍ਰਯਾਗ ਵਿੱਚ ਕਰਵਾਏ ਸਮਾਰੋਹ ਨੂੰ ਕੀ ਕਿਹਾ ਜਾਂਦਾ ਸੀ ਹਰ ਚੌਰਦਨ ਆਪਣੇ ਰਾਜਕਾਲ ਦੇ ਵਿੱਚ ਹਰ ਪੰਜਵੇਂ ਸਾਲ ਪ੍ਰਜਾਗ ਦੇ ਵਿੱਚ ਇੱਕ ਸਮਾਰੋਹ ਕਰਵਾਉਂਦਾ ਸੀ ਉਸ ਨੂੰ ਕੀ ਕਿਹਾ ਜਾਂਦਾ ਸੀ ਉਸ ਨੂੰ ਮਹਾਮੋਕਸ਼ ਪਰਿਸ਼ਦ ਕਿਹਾ ਜਾਂਦਾ ਸੀ ਮਹਾਮੋਕਸ਼ ਪਰਿਸ਼ਦ ਨੈਕਸਟ ਪ੍ਰਸ਼ਨ ਦੇਖੋ ਵਰਦਨ ਕਾਲ ਸਮੇਂ ਕੁੰਤਲ ਕਿਸ ਨੂੰ ਕਿਹਾ ਜਾਂਦਾ ਸੀ ਵਰਦਨ ਕਾਲ ਦੇ ਸਮੇਂ ਦੇ ਵਿੱਚ ਕੁੰਤਲ ਕਿਸ ਅਧਿਕਾਰੀ ਨੂੰ ਕਿਹਾ ਜਾਂਦਾ ਸੀ ਹਾਂ ਇਹ ਕਿਹਾ ਜਾਂਦਾ ਸੀ ਘੋੜ ਸੈਨਾ ਦੇ ਮੁਖੀ ਨੂੰ ਜਿਹੜੀ ਘੋੜਿਆਂ ਦੀ ਸੈਨਾ ਸੀ ਉਹਨਾਂ ਦਾ ਜਿਹੜਾ ਮੁਖੀ ਸੀ ਉਸ ਨੂੰ ਕੁੰਤਲ ਕਿਹਾ ਜਾਂਦਾ ਸੀ ਵਰਦਨ ਕਾਲ ਦੇ ਵਿੱਚ ਸਕੰਦ ਗੁਪਤ ਕਿਸ ਨੂੰ ਕਿਹਾ ਜਾਂਦਾ ਸੀ ਨੈਕਸਟ ਪ੍ਰਸ਼ਨ ਹੈ ਕਿ ਵਰਦਨ ਕਾਲ ਦੇ ਵਿੱਚ ਜਾਂ ਫਿਰ ਪੁਸ਼ੇਪੋਤੀ ਕਾਲ ਦੇ ਵਿੱਚ ਸਕੰਦ ਗੁਪਤ ਕਿਸ ਨੂੰ ਕਿਹਾ ਜਾਂਦਾ ਸੀ ਇਸ ਦਾ ਸਹੀ ਉੱਤਰ ਆਏਗਾ ਹਾਥੀ ਸੈਨਾ ਦਾ ਜਿਹੜਾ ਮੁਖੀ ਸੀ ਉਸ ਨੂੰ ਕਿਹਾ ਜਾਂਦਾ ਸੀ ਸਕੰਧ ਗੁਪਤ ਹਾਥੀ ਸੈਨਾ ਦੇ ਮੁਖੀ ਨੂੰ ਸਕੰਧ ਗੁਪਤ ਕਿਹਾ ਜਾਂਦਾ ਸੀ ਅਗਲਾ ਪ੍ਰਸ਼ਨ ਦੇਖੋ ਸਿੰਘਨਾਦ ਕਿਸ ਨੂੰ ਕਿਹਾ ਜਾਂਦਾ ਸੀ ਇੱਥੇ ਹੀ ਸਾਰੇ ਵਰਦਨ ਕਾਲ ਦੇ ਵਿੱਚ ਪੁੱਛ ਰਹੇ ਹਾਂ ਕਿ ਵਰਦਨ ਕਾਲ ਦੇ ਮੰਤਰੀਆਂ ਦੇ ਬਾਰੇ ਵਿੱਚ ਪੁੱਛ ਰਹੇ ਹਾਂ ਆਪਾਂ ਵਰਦਨ ਕਾਲ ਦੇ ਵਿੱਚ ਸਿੰਘਨਾਦ ਕਿਸ ਨੂੰ ਕਿਹਾ ਜਾਂਦਾ ਸੀ ਇਹ ਕਿਹਾ ਜਾਂਦਾ ਸੀ ਸੇਨਾਪਤੀ ਨੂੰ ਸੇਨਾਪਤੀ ਨੂੰ ਸਿੰਘਨਾਦ ਕਿਹਾ ਜਾਂਦਾ ਸੀ ਨੈਕਸਟ ਪ੍ਰਸ਼ਨ ਦੇਖੋ ਮੰਤਰੀ ਨੂੰ ਕੀ ਕਿਹਾ ਜਾਂਦਾ ਸੀ ਵਰਦਨ ਗਾਲ ਦੇ ਵਿੱਚ ਮੰਤਰੀ ਨੂੰ ਸਚੇਵ ਕਿਹਾ ਜਾਂਦਾ ਸੀ ਜਾਂ ਫਿਰ ਅਮਤਿਆ ਕਿਹਾ ਜਾਂਦਾ ਸੀ ਨੈਕਸਟ ਪ੍ਰਸ਼ਨ ਹੈ ਅਵੰਤੀ ਕਿਸ ਨੂੰ ਕਿਹਾ ਜਾਂਦਾ ਸੀ ਅਵੰਤੀ ਜਿਹੜਾ ਮੰਤਰੀ ਯੁੱਧ ਅਤੇ ਸ਼ਾਂਤੀ ਦੀ ਠੀਕ ਹੈ ਨਿਗਰਾਨੀ ਕਰਦਾ ਸੀ ਕਿ ਕਿੱਥੇ ਸੰਧੀ ਕਰਨੀਆਂ ਸ਼ਾਂਤੀ ਸੰਧੀ ਕਰਨੀਆਂ ਜਾਂ ਕਿੱਥੇ ਯੁੱਧ ਦੇ ਜਿਹੜਾ ਹੈ ਕਿਹੜੇ ਦੇਸ਼ ਨਾਲ ਯੁੱਧ ਕਰਨਾ ਤਾਂ ਉਸ ਮੰਤਰੀ ਨੂੰ ਜਿਹੜਾ ਇਹ ਫੈਸਲੇ ਦਿੰਦਾ ਸੀ ਉਸ ਨੂੰ ਅਵੰਤੀ ਕਿਹਾ ਜਾਂਦਾ ਸੀ ਸ਼ਾਂਤੀ ਅਤੇ ਯੁੱਧ ਦਾ ਮੰਤਰੀ ਸੀਗਾ ਅਵੰਤੀ ਨੈਕਸਟ ਕੁਸ਼ਨ ਦੇਖੋ 643 ਈਸਵੀ ਦੇ ਵਿੱਚ ਹੋਏ ਸੰਮੇਲਨ ਦੀ ਪ੍ਰਧਾਨਗੀ ਕਿਸ ਨੂੰ ਸੌਂਪੀ ਹੋਈ ਸੀ 643 ਈਸਵੀ ਵਿੱਚ ਹੋਏ ਸੰਮੇਲਨ ਦੀ ਪ੍ਰਧਾਨਗੀ ਕਿਸ ਨੂੰ ਦਿੱਤੀ ਗਈ ਸੀ ਤਾਂ ਇਹ ਦਿੱਤੀ ਗਈ ਸੀ ਪਾਸਕਰ ਵਰਮਨ ਨੂੰ 643 ਵਿੱਚ ਸਮੇਲਨ ਹੋਇਆ ਸੀ ਜਿਸ ਦੀ ਪ੍ਰਧਾਨਗੀ ਪਾਸਕਰ ਵਰਮਨ ਨੇ ਕੀਤੀ ਸੀ ਰਵੀਕੀਰਤੀ ਨਾਮ ਦਾ ਕਵੀ ਕਿਸ ਦੇ ਦਰਬਾਰ ਵਿੱਚ ਸੀ ਰਵੀਕੀਰਤੀ ਨਾਮ ਦਾ ਇੱਕ ਕਵੀ ਸੀ ਜੋ ਕਿ ਪੁਲਕੇਸ਼ਣ ਦੇ ਦਰਬਾਰ ਵਿੱਚ ਸੀ ਰਵੀਕੀਰਤੀ ਦਾ ਸਬੰਧ ਕਿਹਦੇ ਨਾਲ ਹੈ ਪੁਲਕੇਸ਼ਣ ਦੂਜੇ ਦੇ ਨਾਲ ਰਵੀਕੀਰਤੀ ਪੁਲਕੇਸ਼ਣ ਦੂਜੇ ਦਾ ਦਰਬਾਰੀ ਕਵੀ ਸੀ ਅਗਲਾ ਪ੍ਰਸ਼ਨ ਦੇਖੋ ਜੋ ਕਿ ਅੱਜ ਦਾ ਅੰਤਮ ਪ੍ਰਸ਼ਨ ਹੈ ਇਸ ਬੋਧ ਭਿਕਸ਼ੂ ਨੇ ਹਰਸ਼ ਨੂੰ ਦੱਸਿਆ ਕਿ ਉਸ ਦੀ ਭੈਣ ਵਿਦਿਆਚਲ ਦੇ ਜੰਗਲਾਂ ਵਿੱਚ ਲੁਕੀ ਹੋਈ ਹੈ ਕਿਸੇ ਬੋਧ ਭਿਕਸ਼ੂ ਨੇ ਹਰਸ਼ ਨੂੰ ਦੱਸਿਆ ਕਿ ਉਸ ਦੀ ਭੈਣ ਵਿਦਿਆਚਲ ਦੇ ਜੰਗਲਾਂ ਵਿੱਚ ਲੁਕੀ ਹੋਈ ਹੈ ਤਾਂ ਇਹ ਦੱਸਣ ਵਾਲਾ ਸੀ ਦਿਵਾਕਰ ਮਿੱਤਰ ਦਿਵਾਕਰ ਮਿੱਤਰ ਨਾਮ ਦੇ ਬੋਧ ਭਿਕਸ਼ੂ ਨੇ ਉਸ ਨੂੰ ਦੱਸਿਆ ਠੀਕ ਹੈ ਇਹ ਸੀ ਅੱਜ ਦੇ ਮਹੱਤਵਪੂਰਨ ਪ੍ਰਸ਼ਨ ਉੱਤਰ ਆਸ਼ਾ ਕਰਦੇ ਆ ਕਿ ਵੀਡੀਓ ਤੁਹਾਨੂੰ ਪਸੰਦ ਆਏਗੀ ਤੁਹਾਡੇ ਲਈ ਲਾਹੇਵੰਦ ਹੋਏਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਬਰੇ ਦੇਖਦੇ ਹੋ ਤਾਂ ਲਾਈਕ ਵੀ ਕਰਦਿਆ ਕਰੋ ਠੀਕ ਹੈ ਜੀ ਬੜੀ ਮਿਹਨਤ ਨਾਲ ਕੌਸ਼ਿਸ਼ਨ ਲੈ ਕੇ ਤੁਹਾਡੇ ਸਾਹਮਣੇ ਪੇਸ਼ ਕੀਤੇ ਜਾਂਦੇ ਨੇ ਠੀਕ ਹੈ ਜੀ ਤੇ ਹੋ ਸਕੇ ਤਾਂ ਸ਼ੇਅਰ ਵੀ ਕਰਿਓ ਮਿਲਦੇ ਆ ਬਹੁਤ ਜਲਦ ਅਗਲੀ ਵੀਡੀਓ ਦੇ ਵਿੱਚ ਹੱਦ ਤੱਕ ਲਈ ਧੰਨਵਾਦ